आकाशवाणी ਖਬਰਾਂ ਜਿਤਨੇ ਦਿਲ ਸਿੰਘ ਕੋਲਾ ਰਾਸ਼ਟ੍ਰਜ ਸਰਦਾਰ ਬਲਬਭਾਈ ਪਟੇਲ ਹੁੰਦੀ ਜਨਤ ਦੇ ਮੌਕੇ ਪਰ ਰਾਸ਼ਟਰੀ ਇਕਤਾ ਦਿਵਸ ਮਨਾ ਕਰਦਾ ਹੈ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰ ਲਈ ਬਾਦੂ ਤਰਾਫੀਸ ਦੇ ਡੀਏ ਤੇ ਡੀਆਰ ਦੀ ਕੋਸ਼ਨਾ ਕੀਤੀ ਗਈ ਹੈ प्रधानमंत्री नरेंद्र मोदी होली की मुबारकबाद दी, दी है वन वर्ल्ड ट्रेड सेंटर की मौके पर के ढंगे सजाए गए है रोशनी की दी मानसी अलावत ने विश्व कुश्ती प्रतियोगिता च नाठ किलो अले वर्ग च कैदा तगमा जितया है राष्ट्रवाज सरदार बल्लभ भाई पटेल हंरी जयंती राष्ट्रीय एकता दिवस के तौर पर मना करता है ਰਾਸ਼ਪਤੀ ਜਗਦੀਪ ਮੁਰਮੂਰੇ ਅੱਜ ਵੱडले ਪਟੇਲ ਚੌਕ ਜਾਏ ਸਰਦਾਰ ਬਲਬਾਈ ਪਟੇਲ ਹੋਣੇ ਕਿ ਇਹ ਸ਼ਰਧਾਂਜਲੀ ਪੇਂਟ ਕੀਤੀ ਉਪਰਾਸ਼ਪਤੀ ਜਗਦੀਪ ਦਨਕਰੋਰੇ ਵੀ ਸਰਦਾਰ ਬਲਬਾਈ ਪਟੇਲ ਹੋਣੇ ਕਿ ਇਹ ਸ਼ਰਧਾਂਜਲੀ ਪੇਂਟ ਕੀਤੀ ਰਾਸ਼ ਸਰਦਾਰ ਪਟੇਲ ਹੁੰਦੀ ਜਨਤੀ ਕੀ ਰਾਸ਼ਟਰੀ ਇਕਤਾ ਦਿਵਸ ਦੇ ਤੌਰ ਉਪਰ ਮਨਾ ਕਰਦਾ ਹੈ ਉੰਦੀ ਜਨਤੀ ਹਰ ਬਾਰੇ 30 ਅਕਤੂਬਰ ਕੇ ਬਣਾਈ ਜਾਂਦੀ ਹੈ ਸਰਦਾਰ ਪਟੇਲ ਹੋਰੇ ਭਾਰਤ ਦੀ ਆਜ਼ਾਦੀ ਦੀ ਲੜਾਈ ਚ ਅਹਿਮ ਭੂਮਿਕਾ ਨਿਭਾਈ ਹੀ ਉਹ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰਹੇ ਹੈ ਰਾਸ਼ਟਰੀ ਇਕਤਾ ਦਿਵਸ ਬਖ ਬਖ ਰਜਵਾਰੇ ਦੇ ਕਿਠਾ ਹੈ ਭਾਰਤ ਚ ਸ਼ਾਮਲ ਉਹਨੇ ਦੀ ਕੋਸ਼ਿਸ਼ੇ ਦਾ ਚੇਤਾ ਕਰਵਾਉਂਦਾ ਹੈ ਰਾਸ਼ਟਰਪਤੀ ਉਹਦੇ ਸਮਰਪਣ ਤੇ ਨੇਤਰਤਵ ਕਰਨ ਦੀ ਉਹਦੀ ਬੇਮਿਸਾਲ ਕਾਬਲੀਅਤ ਕਰੀਏ ਸਰਦਾਰ ਪਟੇਲ ਹੋਰੇ ਕੀ ਲੋ ਪੁਰਸ਼ ਦੇ ਨਾਕ ਨੇ ਜਾਣਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਸਰਦਾਰ ਪਟੇਲ ਉਹਦੀ ਜਨਤੀ ਦੇ ਮੌਕੇ ਪਰ ਆਯੋਜਿਤ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਚ ਸ਼ਾਮਲ ਹੋਣਗਣ ਉਹ ਏਕਤਾ ਨਗਰ ਚ ਸਰਦਾਰ ਪਟੇਲ ਉਹਦੀ ਪ੍ਰਤਿਮਾ ਪਰ ਪੁਸ਼ਪਾਂਜਲੀ ਪੇਂਟ ਕਰਗਣ ਤੇ ਏਕਤਾ ਦਿਵਸ ਸੰਗਤ ਚਕਾਗਣ ਪ੍ਰਧਾਨ ਮੰਤਰੀ ਹੋਰ ਏਕਤਾ ਦਿਵਸ परेड भी देगन इस भरे दी एकता दिवस परेड च नौ राज्य एक केंद्र शासित प्रदेश चार केंद्रीय सशस्त्र बल दी टुकड़ियाँ एनसीसी ते एक बैंड दी टीम की रलई कुल 16 टुकड़ियाँ परेड इसा ले कर दियां बीएसएफ आसयां मार्शल आर्ट्स का कार्यक्रम बच्चे दे पाइप बैंड दा शो ते भारतीय वायुसेना आसयां सूर्य फ्लाईपास्ट समारोह दा आकर्षण उंगन ਪੈਨਸ਼ਨਰ ਤੇ ਪੈਨਸ਼ਨ ਨਰੇ ਦੀ ਅਪਲਾਈ ਬਹਤਰੀ ਵਾਲੇ ਮੈਕਮੈਨੀ ਕੇਂਦਰੀ ਸਰਕਾਰ ਦੇ ਕਰਮਚਾਰੀ ਤੇ ਪੈਨਸ਼ਨਰ ਦੇ ਅਕੇ ਚ 1 ਜੁਲਾਈ ਤੋਂ ਡੀਏ ਦੇ ਕਿਸ਼ ਜਾਰੀ ਕਰਨ ਦੀ ਕੋਸ਼ਨਾ ਕੀਤੀ ਹੈ ਕੇਂਦਰੀ ਮੰਤਰੀ ਮੰਡਲ ਨੇ 3% ਦੀ ਡੀਏ ਦੇ ਕਿਸ਼ ਦੀ ਮਨਜ਼ੂਰੀ ਦितीय ਕੇਂਦਰੀ ਸਰਕਾਰ ਦੇ ਪੈਨਸ਼ਨਰ ਤੇ ਫੈਮਿਲੀ ਪੈਨਸ਼ਨ ਲੈਣ ਵਾਲੇ ਪੈਨਸ਼ਨਰੇ ਕੀ 50% ਦੀ 53% ਦੀ ਡੀਏ ਤੇ ਡੀਆਰ ਥੋਗ ਮਹਾਰਾਸ਼ਟਰ ਚ 288 ਸੀਟਾਂ ਪਰ ਉਹਾ ਕਰਦੇ ਅਸੈਂਬਲੀ ਚੋਣਾਂ ਲਈ ਨਾਮਾਂਕਨ ਪੱਤਰਾਂ ਦੇ ਜਾਂਚ ਪੜਤਾਲ ਮਗਰਾ 7050 ਉਮੀਦਵਾਰ ਚੋਣ ਮੈਦਾਨ ਚ ਰਹਿ ਗਏ 217 ਉਮੀਦਵਾਰਾਂ ਦੇ ਨਾਮਾਂਕਨ ਪੂਰੇ ਨਹੀਂ ਹੋਣੇ ਕਾਰਨ ਰੱਦ ਕਰ ਦਿੱਤੇ ਗਏ ਨੰਦੇੜ ਲੋਕ ਸਭਾ ਸੀਟ ਲਈ ਉਹਾ ਕਰਦੇ ਉਪ ਚੋਣਾਂ ਲਈ ਨਾਮਾਂਕਨ ਪੱਤਰਾਂ ਦੀ ਜਾਂਚ ਪੜਤਾਲ ਮਗਰਾ ਭਾਈ ਉਮੀਦਵਾਰਾਂ ਦੇ ਕਾਗਜ਼ ਪੱਤਰ ਵੈਧ ਪਾਏ ਗਏ ਨੇ ਉਮੀਦਵਾਰ ਸੰਗਾਰੇ 4 ਨਵੰਬਰ ਤੋਂ ਹੀ ਆਪਣੇ ਨਾਂ ਵਾਪਸ ਲਈ ਸਕਦੇ ਰਾਜੇਜ ਮਤਦਾਨ 2 ਨਵੰਬਰ ਕੀ ਓਗ ਜ਼ਿਲੇ ਕੇ ਵੋਟੇ ਦੀ ਗਿਣਤਰੀ 3 ਨਵੰਬਰ ਕੀ ਕੀ ਤੀਜਾਗ ਝਾਰਖੰਡ ਚ ਉਹਾ ਕਰਦੇ ਅਸੈਂਬਲੀ ਚੋਣਾਂ ਦੇ ਤਹਿਤ ਦੂਏ ਗੇੜ ਲਈ ਨਾਮਾਂਕਨ ਵਾਪਸ ਲੈਣ ਦਾ ਕੱਲ ਖੀਰੀ ਤਿਆੜਾ ਹੈ ਇਸ ਗੇੜ ਤਹਿਤ 643 ਉਮੀਦਵਾਰ ਚੋਣ ਲੜਾ ਕਰਦੇ ਇਸ ਗੇੜ ਚ 20 ਨਵੰਬਰ ਕੀ 38 ਵਿਧਾਨ ਸਭਾ ਸੀਟ ਲਈ ਵੋਟ ਪਾਏ ਜਾਂਗਨ ਜ਼ਿਲ੍ਹੇ ਕੇ ਪਹਿਲੇ ਗੇੜ ਤਹਿਤ 43 ਵਿਧਾਨ ਸਭਾ ਸੀਟੇ ਪਰ 13 ਨਵੰਬਰ ਕੀ ਵੋਟ ਪਾਏ ਜਾਂਗਨ ਵੋਟਾਂ ਦੀ ਗਿਣਤੀ 3 ਨਵੰਬਰ ਕੀ ਹੋਗ ਬਿਹਾਰ ਚ ਤੇਰਾਰੀ ਇਮਾਮਗੰਜ ਬੇਲਾਗੰਜ ਤੇ ਰਾਮਗੜ ਵਿਧਾਨ ਸਭਾ ਚੁਣਾਅ ਅਲਗੇ ਲਈ ਉਹਨੇ ਆਲੇ ਉਪ ਜਨਾਏਗੇ ਤੇ 38 ਉਮੀਦਵਾਰ ਮੈਦਾਨ ਚ ਨਾਮਾਂਕਨ ਪੱਤਰ ਵਾਪਸ ਲਈ ਖੀਰੀ ਤਿਆੜੇ ਉਪਰ 44 ਨਾਮਾਂਕਨ ਪੱਤਰੇ ਚ 6 ਉਮੀਦਵਾਰੇ ਆਪਣੇ ਨਾਮ ਵਾਪਸ ਲੈ ਲੈ ਤੇ ਬੇਲਾਗੰਜ ਚੁਲਾ ਅਲਕੇ ਚ ਸਬਨੇ ਤੁਮਤੇ 14 ਉਮੀਦਵਾਰ ਮੈਦਾਨ ਚ ਬਾਗਲਪੁਰ ਚੁਣਾ ਅਲਕੇ ਚ 10 ਤੇ ਇਮਾਮਗੰਜ 9 ਉਮੀਦਵਾਰ ਮੈਦਾਨ ਚ ਇਹ ਖਬਰਾਂ ਤੁਸ ਆਕਾਸ਼ਵਾਣੀ ਪ੍ਰਾ ਸੁਣਾਰ ਦਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਦੇਸ਼ ਵਾਸੀਆਂ ਕੀ ਦਿਆਲੀ ਦੀ ਸ਼ੁਭ ਕਾਮਨਾ ਦਿੱਤੀ ਹਨ ਇੱਕ ਸੋਸ਼ਲ ਪੋਸਟ ਚ ਸ਼੍ਰੀ ਮੋਦੀ ਹੋਰੇ ਆਖਿਆ ਜੇ ਦਿਆਲੀ ਦਾ ਤਿਹਾਰ ਸਭ ਨੇ ਦੇਸ਼ ਵਾਸੀਆਂ ਦੇ ਜੀਵਨ ਚ ਖੁਸ਼ੀਆਂ ਸਿਹਤ ਤੇ ਸਮਰਿੱਧੀ ਆਨਗ ਉਹਨੇ ਕਾਮਨਾ ਕੀਤੀ ਜੇ ਸਭ ਨੇ ਜਨੇਗੀ ਮਾਂ ਲక్ష్ਮੀ ਤੇ ਭਗਵਾਨ ਗਣੇਸ਼ ਉਹਦਾ ਆਸ਼ੀਰਵਾਦ ਪ੍ਰਾਪਤ ਹੋਏ ਦੀਵਾਲੀ ਦਾ ਤਿਹਾਰ ਅੱਜ ਉੱਤਰ ਪ੍ਰਦੇਸ਼ ਪੂਰੀ ਧਾਰਮਿਕ ਸ਼ਰਧਾ ਤੇ ਭਾਵਨਾ ਕਨੇ ਮਨਾਇਆ ਜਾ ਕਰਦਾ ਹੈ ਕੱਲ ਅਯੋਧਿਆ ਚ ਸਰਯੂ ਨਦੀ ਦੇ ਕੰਢੇ ਦੀਪੋਤਸਵ ਮਨਾਇਆ ਗਿਆ ਇਸ ਮੌਕੇ ਕੇਂਦਰੀ ਸੰਸਕ੍ਰਿਤੀ ਮੰਤਰੀ ਗਜੇਂਦਰ ਸਿੰਘ ਸ਼ਖਾਵਤ ਰਾਜ ਦੇ ਮੁੱਖ ਮੰਤਰੀ ਯੋਗੀ ਆਦਿਤਨਾਥ ਤੇ ਹੋਰ ਦੂਏ ਗਨਮਾਨੇ ਵਿਅਕਤੀ ਸਨੇ ਜ਼ਾਰਾ ਸ਼ਰਧਾਲੂ ਉਥੇ ਮੌਜੂਦ ਹੈ ਇਸ ਮੌਕੇ ਬੋਲਦੇ ਹੀ ਮੁੱਖ ਮੰਤਰੀ ਯੋਗੀ ਆਦਿਤਨਾਥ ਹੋਰੇ ਆਖਿਆ ਜੇ ਇਹ ਬੜਾ ਖਾਸ ਬੜਾ ਹੈ ਕਿ ਜੇ ਇਸ ਜਨਵਰੀ ਕੀ 500 ਭਰੇ ਦਾ ਇੰਤਜ਼ਾਰ ਮੌਕਿਆ ਤੇ ਭਗਵਾਨ ਰਾਮ ਹੋਰ ਆਪਣੇ ਪੱਕੇ ਮੰਦਰ ਚ ਵਾਪਸ ਆਏ ਦਖਣੀ ਕੇਂਦਰੀ ਰੇਲਵੇ ਨੇ دہਲੀ ਤੇ ਛਟ ਪੂਜਾ ਦੇ ਮੌਕੇ ਪਰ ਬਾਧੂ ਯਾਤਰੀਆਂ ਦਾ ਪ੍ਰਬੰਧਨ ਕਰਨ ਲਈ 850 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ। SCR ਦੇ ਅਲਕਾਰੇ ਕੁਛ ਨਾ ਕੀਤੀ ਹੈ ਕਿ ਇਸ ਤਿਹਾਰ ਆਲੇ ਰੋਤੇ ਬਾਧੂ ਮੁਸਾਫਰਾਂ ਦੀ ਸਹੂਦਤ ਦੇਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਸ੍ਰਿਸ਼ਤਾ ਕੀਤਾ ਗਿਆ ਹੈ। ਇੱਕ ਵਿਗਿਆਪਨਿਤ ਚ ਜਾਣਕਾਰੀ ਦਿੱਤੀ ਗਈ ਹੈ ਜੇ ਬਾਧੂ ਮੁਸਾਫਰਾਂ ਦਾ ਸੁਗਮ ਯਾਤਰਾ ਲਈ ਇਨ ਇਕਜ਼ਾਮ ਕਰਨੇ ਆਸੇ ਸਿਕੰਦਰਾਬਾਦ ਹైదరాబాద్ ਵਿਜੇਵੜਾ ਤੇ ਤਿਰੂਪਤੀ ਸਮਾ ਵਿਸ਼ੇਸ਼ ਰੇਲਗੱਡੀਆਂ ਚਲਾਈ ਜਾ ਕਰਤੀਆਂ ਇਹਦੇ ਇਲਾਵਾ ਮੌਜੂਦਾ ਰੇਲਗੱਡੀਆਂ ਚ ਬਾਦੂ ਡੱਬੇ ਵੀ ਲਾਏ ਗੇ ਨਾ ਨਿਊਯਾਰਕ ਸਿਟੀ ਦਾ 1 ਵਰਲਡ ਟ੍ਰੇਡ ਸੈਂਟਰ ਜਿਹੜੀ ਅਮਰੀਕਾ ਚ ਮੌਜੂਦਾ ਸਾਰੇ ਸਾਂ ਉੱਚੀ ਇਮਾਰਤ ਹੈ ਦਿਹਾੜੀ ਦੇ ਮੌਕੇ ਪਰ ਬੜੇ ਸ਼ੈਲਸ ਨਾਲ ਕ੍ਰਿਟਾਂ ਕੇ ਕਨੇ ਸਜਾਇਆ ਗਿਆ ਹੈ ਅਮਰੀਕਾ ਸਿਆਂ ਦਿਹਾੜੀ ਦਾ ਤਿਯਾਰ ਮਨਾਣੇ ਦੀ ਕੋਸ਼ਿਸ਼ ਨਾਮਕਰਾ 1 ਵਰਲਡ ਟ੍ਰੇਡ ਸੈਂਟਰ ਕੇ ਦੀਏ ਕਨੇ ਸਜਾਇਆ ਗਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਚ ਨਿਊਯਾਰਕ ਭਾਰਤ ਦੇ ਕੌਂਸਲ ਜਨਰਲ ਉਰੇ ਆਖਿਆ ਹੈ ਜੇ ਦਿਹਾੜੀ ਦਾ ਤਿਯਾਰ ਹੁਣ ਪੂਰੇ ਵਿਸ਼ਵ ਚ ਮਨਾਇਆ ਜਾ ਕਰਦਾ ਹੈ ਦਿਹਾੜੀ ਦੇ ਮੌਕੇ ਪਰ ਨਿਊਯਾਰਕ ਚੇ ਸਕੂਲ ਪਹਿਲੀ ਵਾਰ ਨਵੰਬਰ ਕੀ ਬੰਦ ਰੋਂਗਨ ਇਹਦੇ ਸ਼ਾਮ ਪਹਿਲੇ ਵਾਈਟ ਹਾਊਸ ਵਿੱਚ ਦਿਹਾੜੀ ਦਾ ਤਿਉਹਾਰ ਮਨਾਇਆ ਗਿਆ ਜਿਹਦੇ ਵਿੱਚ ਭਾਰਤੀ ਅਮਰੀਕੀਆਂ ਕੀ ਭਾਰਤ ਅਮਰੀਕਾ ਬਸ਼ਕਾਰ ਰਿਸ਼ਤੇ ਕੀ ਔਰ ਮਜ਼ਬੂਤ ਕਰਨ ਲਈ ਦਿੱਤੇ ਗਏ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਪ੍ਰਥਮ ਮਹਿਲਾ ਜਿਲ ਬਾਈਡਨ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਰੇ ਸੰਗਾਰੇ ਵਾਈਟ ਹਾਊਸ ਵਿੱਚ ਦਿਹਾੜੀ ਸਮਾਰੋਹ ਦੀ ਮੇਜ਼ਬਾਨੀ ਕੀਤੀ ਹੀ ਦਿੱਲੀ 'ਚ ਵਾਹੂ ਦੀ ਗੁਣਵੱਤਾ 'ਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ ਦਿੱਲੀ ਦੇ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਮੁਜਬ ਵਾਹੂ ਦੀ ਗੁਣਵੱਤਾ ਅੱਜ 326 ਦਰਜ ਕੀਤੀ ਗਈ ਮੌਸਮ ਵਿਗਿਆਨ ਵਿਭਾਗ ਨੇ ਪੇਸ਼ੰਗੋਈ ਕੀਤੀ ਹੈ ਜੇ ਕੱਲ ਤੱਕ ਵਾਹੂ ਦੀ ਗੁਣਵਰਤਾ ਚ ਹੋਰ ਗਿਰਾਵਟ ਹੋਗ ਤੇ ਇਹ ਵੈਰੀ ਪੂਰ ਸ਼੍ਰੇਣੀ ਦੇ ਸਟਾਰਟਰ ਪੂਜੀ ਜਾਗ ਆਈਐਮਡੀ ਮੈਕਮ ਨੇ ਅੱਗੇ ਆਖਿਆ ਹੈ ਜੇ ਪਟਾਕੇ ਕਾਰਨ ਵੀਰਵਾਰੇ ਤੇ ਸ਼ੁਕਰਵਾਰੇ ਇਹਦੇ ਚ ਹੋਰ ਗਿਰਾਵਟ ਆ ਸਕਦੀ ਹੈ ਅਲਬਾਨੀਆ ਚ ਖੇਡ ਜਾ ਕਰਦੀ ਅੰਡਰ 23 ਵਿਸ਼ਵ ਕੁਸ਼ਤੀ ਪ੍ਰਤੀਯੋਗਤਾ ਚ ਪਾਰੰਦੀ مانਸੀ ਅਹਿਲਾਵਤ ਨੇ ਮਹਿਲਾਏ ਦੇ 9 ਕਿਲੋਗ੍ਰਾਮ ਪਾਰ ਬੜਕ ਚ ਕਹਦਾ ਤੱਕ ਮਾ ਜਿੱਤੇ ਹੈ مانਸੀ ਨੇ ਸਲੋਨੀਆ ਵਿੰਕੀ 40 ਕਨੇ ਅਰਾਇਆ ਮੁੱਖ ਖਬਰਾਂ ਇੱਕ ਵਾਰੀ ਪੜਤੀਏ ਰਾਸ਼ਟਵਾਜ ਸਰਦਾਰ ਭਲਬਾਈ ਪਟੇਲ ਹੁੰਦੀ ਜਨਤੇ ਦੇ ਮੌਕੇ ਪਰ ਰਾਸ਼ਟਰੀ ਇਕਤਾ ਦਿਵਸ ਮਨਾ ਕਰਦਾ ਹੈ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਬਾਧੂ ਤਰਾਫੇ ਸੀ ਡੀਏ ਤੇ ਡੀਆਰ ਦੀ ਕੋਸ਼ਨਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਕੀ ਦਿਯਾਲੇ ਦੀ ਵਾਰਕ ਬਾਦ ਦਿੱਤੀ ਹੈ 1 वर्ल्ड ट्रेड सेंटर की दीयाली दे मौके पर शेलसनाकड़े टांगे कने सजाया गेदा है ते रोशनी कीती गेदी है ते मानसी अहलावत ने विश्व कुश्ती प्रतियोगिता च 90 किलो पार वाले वर्ग च कैंदा तगमा जितए खबरें दे बुलेटिन च बस इनागे